सारी प्रथा बंद करो, बंद करो, बंद करो। कच्चे मुलाजम पक्के करो, पक्के करो, पक्के करो। मिड डे मील कच्चे मुलाजम पक्के करो, पक्के करो, पक्के करो। सरकारी महकमे दा निजीकरण बंद करो, बंद करो, बंद करो। पंजाब सरकार दी तनखा दे विच वाधा करो, वाधा करो, वाधा करो। कच्चे मुलाजम पक्के करो, पक्के करो। पंजाब सरकार मुर्दाबाद, मुर्दाबाद, मुर्दाबाद। का जिंदाबाद, जिंदाबाद, जिंदाबाद। कट्टो कट्टो जरता कानून लागू करो, लागू करो। कच्चे मुलाजम पक्के करो, पक्के करो, पक्के करो। पंजाब सरकार मुर्दाबाद, मुर्दाबाद, मुर्दाबाद। मुलाजम एकता जिंदाबाद, जिंदाबाद, जिंदाबाद। एकता जिंदाबाद, जिंदाबाद, जिंदाबाद। कट्टो कट्टो जरता कानून लागू करो, लागू करो, लागू करो। साडियां सेवावां पक्कियां करो, पक्कियां करो, पक्कियां। जी असीं हैल्थ डिपार्टमेंट दे विच एज ए एनम काम कर रहे हां जी। पिछले 12 साल हो गए जी सानू, 2008 तो भर्ती हैं जी। असी की सैलरी दी जाएगी तुहानू? सानू जी बहुत घट सैलरी मिली है जी। असी 15 तो 16-17 के बीच ही काम आ साडा, तो बहुत घट तनखा ते सत बहुत काम लिया जाता, बहुत रिपोर्टिंग आ जी साडी। तो जो गवर्नमेंट नू पिछले महीने अवार्ड मिले जी, RCH दे विच सैकंड अवार्ड मिले जी नैशनल लेवल ते, वह भी साडा एनम्स का बहुत बड़ा योगदान आ। तो टीकाकरण दे विच पंजाब च किन्नी एएनएम है टोटल? पंजाब दे विच कॉन्ट्रैक्ट बेस से असी घट्टो घट 4-5 हज़ार एनम्स होवांगे जी। साडी मुख मंग इही आ वी सानू पक्का कीता जावे जी, बहुत बहुत समां। हाँ जी, हाँ जी। की मंग है तुहाडी? साडी मंग है जी उजरत सरकार दी, जो सरकार दे रही है सब काम मैनू साडी उन्नी होनी चाहीदी है, ते सानू 12 महीने दी तनखा मिलनी चाहीदी है जी। ते सारा दिन असी काम करदे आ, ते तां ही बच्चों की गिणती वधदी आ, मिड डे मील बनाउने आ, खवाउने आ, ते तनखा सानू 10 महीने दी मिलदी आ जी। तनखा दे रहे महीने दी 1700 दे रहे ने जी, 1500 ही लाओ जी, 1700 ਦੇ ਵਿੱਚ ਹਾਂ ਕੱਟੀ ਜਾਂਦੀ ਹੈ ਜੀ। ਸਾਡਾ ਮੁੱਦਾ ਮੇਨ ਹੈ ਜੀ, ਤਨਖਾਹ ਦਿੱਤੀ ਜਾਵੇ ਸਾਨੂੰ ਤੇ ਪੱਕਾ ਕੀਤਾ ਜਾਵੇ। ਸਾਡੇ ਤੋਂ ਕੰਮ ਬਹੁਤ ਲਿਆ ਜਾਂਦਾ, 24 ਘੰਟੇ ਸਾਡੀ ਡਿਊਟੀ ਹੈ ਜੀ, ਪਿੰਡ 'ਚ ਵੀ ਸਾਰਾ ਦਿਨ ਫਿਰਨਾ ਪੈਂਦਾ। ਤੇ ਕਿੰਨੀ ਤਨਖਾਹ ਦੇ ਰਹੇ ਹੋ ਤੁਹਾਨੂੰ? ਸਾਨੂੰ 2,000-1,500 ਰੁਪਏ। ਪੰਜਾਬ ਡਿਊਟੀ ਸੰਘ ਮੁਲਾਜ਼ਮ ਸੰਘਰਸ਼ ਮੋਰਚਾ ਇੱਕ ਪੰਜਾਬ ਲੈਵਲ 'ਤੇ ਬਣਿਆ ਹੈਗਾ ਜੀ। ਉਸ ਮੋਰਚੇ ਵੱਲੋਂ ਮੁਲਾਜ਼ਮਾਂ ਦੀਆਂ ਭਖਵੀਆਂ ਮੰਗਾਂ ਨੂੰ ਲੈ ਕੇ 23 ਤਰੀਕ ਨੂੰ ਪਟਿਆਲੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਕਰਕੇ ਇੱਕ ਰੈਲੀ ਕੀਤੀ ਜਾਣੀ ਹੈ। ਪਟਿਆਲੇ 'ਚ ਕਿੱਥੇ ਕਰ ਰਹੇ ਹੋ? ਪਟਿਆਲੇ ਜਗ੍ਹਾ ਅਜੇ ਡਿਸਾਈਡ ਕਰਨੀ ਹੈ ਜੀ ਅਸੀਂ ਮੀਟਿੰਗ ਕਰਕੇ, ਪਰ ਇੰਨਾ ਹੈ ਕਿ ਬਜਟ ਪੇਸ਼ ਕਰਨ ਜਾ ਰਹੀ ਹੈ ਪੰਜਾਬ ਸਰਕਾਰ। ਬਜਟ ਤੋਂ ਪਹਿਲਾਂ ਅਸੀਂ ਸਰਕਾਰ ਕੋਲ ਮੁਲਾਜ਼ਮਾਂ ਦੀ ਮੰਗ ਲੈ ਕੇ ਜਾਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਸ਼ਾ ਵਰਕਰ, ਮਿਡ ਡੇ ਮੀਲ ਵਰਕਰ, ਅਤੇ ਜਿਹੜੇ ਹੈਗੇ ਨੇ ਜੰਗਲਾਤ ਦੇ ਵਰਕਰ, ਜਾਂ ਕਹਿ ਲਈਏ ਕਿ ਆਂਗਨਵਾੜੀ ਵਰਕਰ, ANM ਨਰਸਾਂ, ਜਾਂ ਟੀਚਰਾਂ ਦੇ ਵਿੱਚ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਮੁਲਾਜ਼ਮ ਨੇ ਜਿਹੜੇ ਠੇਕੇ ਦੇ ਉੱਤੇ ਭਰਤੀ ਕੀਤੇ ਗਏ ਨੇ ਸਰਕਾਰ ਨੇ, ਅਤੇ ਬਹੁਤ ਸਾਰੇ ਤਾਂ ਬਿਲਕੁਲ ਨਿਗੂਣੇ ਮਾਣ ਭੱਤੇ 'ਤੇ ਕੰਮ ਕਰ ਰਹੇ ਨੇ। ਸਾਡੀ ਮੰਗ ਹੈਗੀ ਹੈ ਮੁੱਖ ਤੌਰ 'ਤੇ ਜਿੱਥੇ ਘੱਟੋ ਘੱਟ ਉਜਰਤਾ ਕਾਨੂੰਨ ਲਾਗੂ ਕਰਾਉਣਾ, ਉੱਥੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਉਣਾ, ਜਿਹੜੇ ਰੈਗੂਲਰ ਮੁਲਾਜ਼ਮ ਨੇ ਉਹਨਾਂ ਨੂੰ DA ਦੀਆਂ ਕਿਸ਼ਤਾਂ, ਪੇ ਕਮਿਸ਼ਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਹੈਗੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਇੱਕ ਡਿਵੈਲਪਮੈਂਟ ਟੈਕਸ ਲਾਇਆ ਸਮੂਹ ਮੁਲਾਜ਼ਮਾਂ 'ਤੇ ਪੰਜਾਬ ਦੇ ਅੰਦਰ, 2400 ਰੁਪਏ ਸਾਲਾਨਾ, ਉਸ ਟੈਕਸ ਨੂੰ ਵਾਪਸ ਕਰਨ ਦੀ ਮੰਗ ਹੈਗੀ ਹੈ। ਇੱਕ ਸੰਘਰਸ਼ ਕਰਦੇ ਜਥੇਬੰਦੀਆਂ ਦੇ ਆਗੂਆਂ ਦੇ ਉੱਤੇ ਜਿਹੜੇ ਪੁਲਿਸ ਕੇਸ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਦਰਜ ਨੇ, ਉਹਨਾਂ ਕੇਸਾਂ ਨੂੰ ਰੱਦ ਕਰਨ ਦੀ ਮੰਗ ਹੈਗੀ ਹੈ। ਸੋ ਇਹਨਾਂ ਮੁੱਖ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੁਲਾਜ਼ਮ 23 ਤਰੀਕ ਨੂੰ ਪਟਿਆਲੇ ਦੇ ਵਿੱਚ ਆਉਣਗੇ, ਉਸੇ ਰੈਲੀ ਦੀ ਤਿਆਰੀ ਲਈ ਅੱਜ ਅਸੀਂ ਸਮਾਨੇ ਮੀਟਿੰਗ ਕਰ ਰਹੇ ਹਾਂ। ਜਿਹੜੇ ਮੁਲਾਜ਼ਮਾਂ ਦੀ ਗਿਣਤੀ ਤਾਂ ਲੱਖਾਂ ਦੇ ਵਿੱਚ ਬਣਦੀ ਹੈ ਜੀ ਟੋਟਲ ਮਿਲਾ ਲਈਏ ਅਸੀਂ, ਪਰ ਜਿਹੜਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੁਲਾਜ਼ਮ ਇੱਥੇ ਰੈਲੀ ਦੇ ਦੌਰਾਨ ਆਉਣਗੇ 23 ਤਰੀਕ ਨੂੰ। ਮਿਡ ਡੇ ਮੀਲ ਵਰਕਰ ਇਹਨੂੰ ਕਿੰਨੇ ਕੁ ਤਨਖਾਹ ਦਿੰਦੀ ਹੈ ਗਵਰਨਮੈਂਟ? ਮਿਡ ਡੇ ਮੀਲ ਮੁਲਾਜ਼ਮ ਜਿਹੜੇ ਵਰਕਰ ਨੇ ਜੀ ਉਹਨਾਂ ਨੂੰ 1700 ਰੁਪਏ ਮਾਣ ਭੱਤਾ ਦਿੱਤਾ ਜਾਂਦਾ, ਉਹ ਵੀ 2 ਮਹੀਨੇ ਦੀ ਤਨਖਾਹ ਕੱਟ ਕੇ 10 ਮਹੀਨੇ ਹੀ ਇਹਨਾਂ ਨੂੰ ਦਿੱਤਾ ਜਾਂਦਾ। ਇਹ ਕੰਮ ਤਾਂ ਜੀ ਕਹਿ ਲਈਏ ਵੈਸੇ ਤਾਂ ਇਹਨਾਂ ਦਾ ਖਾਣਾ ਬਣਾਉਣ ਤੱਕ ਕੰਮ ਹੈਗਾ ਅੱਧੀ ਛੁੱਟੀ ਤੱਕ, ਪਰ ਬਹੁਤ ਸਾਰੇ ਸਕੂਲਾਂ ਦੇ ਵਿੱਚ ਕਿਉਂਕਿ ਸਫਾਈ ਸੇਵਕ ਨਹੀਂ ਹੈ ਜਾਂ ਕੋਈ ਹੋਰ ਦਰਜਾ 4 ਮੁਲਾਜ਼ਮ ਨਹੀਂ ਹੈ, ਇਸ ਕਰਕੇ ਟੀਚਰਾਂ ਦੁਆਰਾ ਪੂਰੇ ਦੇ ਪੂਰੀ ਦਿਹਾੜੀ ਦੇ ਵਿੱਚ ਇਹਨਾਂ ਨੂੰ ਉੱਥੇ ਕੰਮ ਲਿਆ ਜਾਂਦਾ ਹੈਗਾ ਜਿੰਨਾ ਸਮਾਂ ਸਕੂਲ ਖੁੱਲ੍ਹਦਾ ਹੈ। ਕੈਮਰਾਮੈਨ ਬਾਲ ਸਿੰਘ ਗਰਗ ਕੇ ਸਾਥ ਪੁਰਸੋਤਮ ਕੌਸ਼ਿਕ, ਸਮਾਨਾ ਨਿਊਜ਼।